ਸਤਿ ਸ਼੍ਰੀ ਅਕਾਲ ਮੰਮੀ ਜੀ, ਤੁਸੀਂ ਠੀਕ ਹੋ ਤੇ ਪਾਪਾ ਜੀ ਠੀਕ ਨੇ? ਹਾਂ ਪੁੱਤਰ, ਮੈਂ ਬਿਲਕੁਲ ਠੀਕ ਹਾਂ ਤੇ ਤੇਰੇ ਪਾਪਾ ਜੀ ਵੀ ਬਿਲਕੁਲ ਠੀਕ ਨੇ। ਤੂੰ ਸੁਣਾ, ਆਵਾਜ਼ ਤੋਂ ਤਾਂ ਬੜੀ ਖੁਸ਼ ਲੱਗ ਰਹੀ ਹੈ। ਹਾਂਜੀ ਮੰਮੀ ਜੀ, ਮੈਂ ਅੱਜ ਬਹੁਤ ਖੁਸ਼ ਹਾਂ। ਅੱਛਾ, ਮੈਂ ਵੀ ਤਾਂ ਜਾਣਾ ਖੁਸ਼ੀ ਦੀ ਵਜ੍ਹਾ। ਪੱਕਾ ਰਣਵੀਰ ਦੀ ਕੋਈ ਗੱਲ ਹੋਣੀ ਹੈ। ਹਾਂਜੀ, ਮੈਨੂੰ ਲੱਗਦਾ ਹੈ ਕਿ ਹੁਣ ਰਣਵੀਰ ਸਰ ਤੇ ਮੇਰੇ 'ਚ ਸਭ ਕੁਝ ਠੀਕ ਹੋ ਜਾਣਾ, ਹਾਲਾਤ ਸੁਧਰ ਰਹੇ ਨੇ ਤੇ ਰਣਵੀਰ ਸਰ ਉਹ ਵੀ ਹੁਣ ਖੁਸ਼ ਰਹਿਣ ਲੱਗ ਪਏ ਨੇ। ਮੈਨੂੰ ਬਹੁਤ ਖੁਸ਼ੀ ਹੈ ਕਿ ਚੀਜ਼ਾਂ ਸੁਧਰ ਰਹੀਆਂ ਨੇ। ਸੱਚੀ ਦੇਸ਼ੋ? ਹਾਂਜੀ, ਹੁਣ ਤਾਂ ਰਣਵੀਰ ਸਰ ਆਫਿਸ ਵੀ ਆਉਣ ਲੱਗ ਪਏ ਨੇ ਤੇ ਆਫਿਸ 'ਚ ਕੰਮ ਵੱਲ ਧਿਆਨ ਵੀ ਦੇ ਰਹੇ ਨੇ। ਹੁਣ ਮੈਨੂੰ ਪੂਰੀ ਉਮੀਦ ਹੈ ਕਿ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ ਤੇ ਜੇ ਥੋੜਾ ਸਮਾਂ ਲੱਗਾ ਵੀ ਤੇ ਕੋਈ ਨਾ, ਮੈਂ ਧੀਰਜ ਰੱਖ ਕੇ ਆਪਣੀ ਕੋਸ਼ਿਸ਼ ਜਾਰੀ ਰੱਖੂੰਗੀ। ਇੰਨੀ ਚਿਰ ਬਾਅਦ ਤੇਰੀ ਇਹ ਚਹਿਕ ਦੀ ਆਵਾਜ਼ ਸੁਣ ਕੇ ਨਾ ਬਹੁਤ ਚੰਗਾ ਲੱਗ ਰਿਹਾ ਦੇਸ਼ੋ। ਹਾਂਜੀ ਮੰਮੀ ਜੀ, ਉਹਨਾਂ ਨੂੰ ਇੱਦਾਂ ਖੁਸ਼ ਦੇਖ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ। ਇੱਕ ਅਲੱਗ ਖੁਸ਼ੀ, ਇੱਕ ਵੱਖਰਾ ਜਿਹਾ ਸਕੂਨ ਮਿਲ ਰਿਹਾ। ਮੈਨੂੰ ਵੀ ਬਹੁਤ ਖੁਸ਼ੀ ਹੈ ਦੇਸ਼ੋ, ਤੇ ਮੈਂ ਤਾਂ ਰੱਬ ਨੂੰ ਹਮੇਸ਼ਾ ਦੁਆ ਕਰਦੀ ਹਾਂ ਕਿ ਤੂੰ ਆਪਣੇ ਮਕਸਦ 'ਚ ਕਾਮਯਾਬ ਹੋਈ। ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਮੇਰੀ ਧੀ ਦੀ ਝੋਲੀ 'ਚ ਖੁਸ਼ੀਆਂ ਫੇਰ ਵਾਪਿਸ ਆ ਰਹੀਆਂ ਨੇ। ਹੁਣ ਤੂੰ ਬਿਲਕੁਲ ਫਿਕਰ ਨਹੀਂ ਕਰਨੀ ਦੇਸ਼ੋ, ਦੇਖੀ ਸਭ ਕੁਝ ਬਿਲਕੁਲ ਠੀਕ ਹੋ ਜਾਣਾ। ਮੈਂ ਮਹਿਸੂਸ ਕਰ ਸਕਦੀ ਹਾਂ ਦੇਸ਼ੋ ਕਿ ਚੰਗੀ ਨੀਅਤ ਵਾਲੇ ਲੋਕਾਂ ਨਾਲ ਨਾ ਬਾਬਾ ਜੀ ਕਦੇ ਮਾੜਾ ਨਹੀਂ ਹੋਣ ਦਿੰਦੇ। ਹਾਂਜੀ ਮੰਮੀ ਜੀ, ਠੀਕ ਆ। ਹੁਣ ਮੈਂ ਨਾ ਆਫਿਸ ਦਾ ਕਾਫੀ ਕੰਮ ਕਰਨ ਵਾਲਾ ਹੈ, ਮੈਂ ਉਹ ਕਰ ਲਵਾਂ, ਵਿਹਲੀ ਹੋ ਕੇ ਤੁਹਾਨੂੰ ਦੁਬਾਰਾ ਫੋਨ ਕਰਦੀ ਹਾਂ। ਠੀਕ ਹੈ ਪੁੱਤਰ, ਤੂੰ ਆਪਣਾ ਕੰਮ ਕਰ ਲੈ ਤੇ ਹਾਂ ਅਰਮਾਨ ਤੋਂ ਬਚ ਕੇ ਰਹੀ। ਮੈਂ ਆਪਣੇ ਪੁੱਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਦੇਸ਼ੋ, ਉਹ ਜ਼ਿਆਦਾ ਵਕਤ ਨਹੀਂ ਲਏਗਾ ਤੇਰੀ ਪਿੱਠ ਪਿੱਛੇ ਵਾਰ ਕਰਨ ਲਈ। ਮੈਨੂੰ ਪਤਾ ਹੈ ਕਿ ਤੂੰ ਪਹਿਲਾਂ ਨਾਲੋਂ ਜ਼ਿਆਦਾ ਸਮਝਦਾਰ ਹੋ ਗਈ ਹੈ ਦੇਸ਼ੋ, ਤੇ ਤੈਨੂੰ ਕੋਈ ਐਵੇਂ ਤਕਲੀਫ ਨਹੀਂ ਪਹੁੰਚਾ ਸਕਦਾ। ਪਰ ਫੇਰ ਵੀ ਧਿਆਨ ਰੱਖੀ ਦੇਸ਼ੋ, ਬਾਅਦ 'ਚ ਪਛਤਾਉਣ ਨਾਲ ਕੁਛ ਹੱਥ ਨਹੀਂ ਆਉਂਦਾ ਪੁੱਤਰ। ਤੁਸੀਂ ਫਿਕਰ ਨਾ ਕਰੋ ਮੰਮੀ ਜੀ, ਸਭ ਕੁਛ ਠੀਕ ਹੀ ਹੋਵੇਗਾ। ਠੀਕ ਹੈ ਪੁੱਤਰ, ਚੱਲ ਚੰਗਾ, ਮੈਂ ਬਾਅਦ 'ਚ ਗੱਲ ਕਰਦੀ ਹਾਂ ਦੇਸ਼ੋ। ਹਾਂਜੀ। ਬਸ ਇਹ ਪਲਾਨ ਕਾਮਯਾਬ ਹੋ ਜਾਏ ਫਿਰ ਸਾਨੂੰ ਪਹਿਲੇ ਵਾਂਗ ਹੀ ਫਾਇਦਾ ਹੋਏਗਾ ਤੇ ਅਸੀਂ ਆਪਣੇ ਬਿਜ਼ਨਸ ਨੂੰ ਪਹਿਲਾਂ ਵਾਂਗ ਹੀ ਐਕਸਪੈਂਡ ਕਰ ਸਕਦੇ ਹਾਂ ਤੇ ਸਾਡੀਆਂ ਜੋ ਵੀ ਬ੍ਰਾਂਚਿਸ ਬੰਦ ਵੀ ਹੋਈਆਂ ਨੇ ਨਾ ਉਹਨਾਂ ਨੂੰ ਵੀ ਅਸੀਂ ਵਾਪਸ ਐਕਟੀਵੇਟ ਕਰ ਸਕਦੇ ਹਾਂ। ਅਸੀਂ ਵਕੀਲ ਨਾਲ ਪਹਿਲਾਂ ਹੀ ਗੱਲ ਮੈਨੂੰ ਨਾ ਇਸ ਕੰਪਨੀ ਦਾ ਭਵਿੱਖ ਬਹੁਤ ਵਧੀਆ ਹੁੰਦਾ ਨਜ਼ਰ ਆ ਰਿਹਾ ਹੈ। ਸਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ, ਸਭ ਕੁਝ ਬਹੁਤ ਵਧੀਆ ਹੋਣ ਵਾਲਾ ਹੈ। ਹਾਂਜੀ ਬਿਲਕੁਲ, ਤੁਸੀਂ ਥੱਕ ਗਏ ਹੋ? ਨਹੀਂ ਨਹੀਂ, ਮੈਂ ਠੀਕ ਹਾਂ। ਇੰਨਾ ਟਾਈਮ ਹੋ ਗਿਆ? ਮੈਨੂੰ ਲੱਗਦਾ ਹੈ ਅੱਜ ਦੇ ਲਈ ਕਾਫੀ ਹੈ, ਸਾਨੂੰ ਹੁਣ ਘਰ ਚੱਲਣਾ ਚਾਹੀਦਾ। ਤੇ ਜੇ ਤੁਹਾਨੂੰ ਠੀਕ ਲੱਗੇ ਤੇ ਅਸੀਂ ਬਾਕੀ ਦਾ ਪਲਾਨ ਘਰ ਜਾ ਕੇ ਡਿਸਕਸ ਕਰ ਸਕਦੇ ਹਾਂ। ਠੀਕ, ਅੱਜ ਦੇ ਕੰਮ ਤੋਂ ਮੈਂ ਬਹੁਤ ਖੁਸ਼ ਹਾਂ। ਮੈਂ ਵੀ। ਚਲੋ ਮੈਂ ਨਾ ਅਕਾਊਂਟਸ ਡਿਪਾਰਟਮੈਂਟ ਤੋਂ ਬਾਕੀ ਦੀਆਂ ਫਾਈਲਸ ਕਲੈਕਟ ਕਰ ਲੈਂਦੀ ਹਾਂ। ਹਾਂਜੀ ਤੁਸੀਂ ਚਲੋ, ਮੈਂ ਆ ਸਭ ਕੁਝ ਸਮੇਟ ਲਾਂ, ਸਾਨੂੰ ਇਦਾਂ ਡਾਟਾ ਛੱਡਣਾ ਨਹੀਂ ਚਾਹੀਦਾ। ਠੀਕ ਹੈ। ਵਾਹ ਰਣਵੀਰ, ਵੈਲ ਡਨ। ਗੁੱਡ ਈਵਨਿੰਗ ਮੰਮੀ ਜੀ।
ਤੁਸੀਂ ਇੱਥੇ ਅਚਾਨਕ? ਤਾਂ ਹੁਣ ਤੈਨੂੰ ਇਹ ਬਿਜ਼ਨਸ ਸੰਭਾਲਣ ਲਈ ਆਪਣੀ ਵਾਈਫ ਦੀ ਜ਼ਰੂਰਤ ਹੈ। ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਇਹਦੇ 'ਚ ਗਲਤ ਕੀ ਹੈ? ਉਹ ਆਪਣਾ ਕੰਮ ਜਾਣਦੇ ਨੇ, ਉਹਨਾਂ ਦੀ ਬਿਜ਼ਨਸ ਸਕਿੱਲਸ ਵਧੀਆ ਨੇ। ਉਹਨਾਂ ਦਾ ਇਸ ਸਭ ਦਾ ਮੇਰੀ ਵਾਈਫ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ। ਚੱਲ ਛੱਡ, ਤੂੰ ਨਹੀਂ ਸਮਝੇਗਾ। ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੱਦਾਂ ਮਹਿਸੂਸ ਕਰਦੇ ਹੋ ਵੀ ਉਦੋਂ ਜਦੋਂ ਤੁਸੀਂ ਇਹ ਕੰਪਨੀ ਸੈਟਅਪ ਕੀਤੀ। ਮੈਨੂੰ ਲੱਗਾ ਸੀ ਕਿ ਤੁਹਾਨੂੰ ਖੁਸ਼ੀ ਹੋਏਗੀ ਕਿ ਮੈਂ ਵਾਪਸ ਇਸ ਸਭ 'ਚ ਇੰਟਰਸਟ ਲੈ ਰਿਹਾ। ਦੇਸ਼ੋ ਜੀ ਇਸ ਕੰਪਨੀ ਲਈ ਇੰਨੀ ਮਿਹਨਤ ਕਰਦੇ ਨੇ, ਉਹ ਜਾਨ ਛਿੜਕਦੇ ਨੇ ਆਪਣੀ, ਅਤੇ ਤੁਸੀਂ ਇੱਦਾਂ ਦੀ ਸੋਚ ਰੱਖਦੇ। ਖੈਰ ਬਹੁਤ ਲੇਟ ਹੋ ਗਿਆ, ਸਾਨੂੰ ਹੁਣ ਘਰ ਚੱਲਣਾ ਚਾਹੀਦਾ। ਤਾਂ ਮੈਨੂੰ ਘੜੀ ਵਾਸਤੇ ਵੀ ਇਕੱਲਾ ਨਹੀਂ ਛੱਡਦੀ, ਕਿਤੇ ਪਿੱਛੇ ਪਿੱਛੇ ਥੱਲੇ ਹੀ ਨਾ ਆ ਜਾਵੇ। ਮਿੰਨੀ ਨੂੰ ਫੋਨ ਲਾਉਣਾ, ਮੈਂ ਕਿੱਦਾਂ ਫੋਨ ਲਾਊਂਗਾ? 24 ਘੰਟੇ ਮੇਰੇ ਸਿਰ ਤੇ ਬੈਠੀ ਰਹਿੰਦੀ ਹੈ, ਕਾਲ ਹੀ ਕਰ ਲੈਂਦਾ ਉਹਨੂੰ। ਚੱਕਦਾ ਯਾਰ ਫੋਨ, ਤੈਨੂੰ ਪਤਾ ਹੋਣਾ ਚਾਹੀਦਾ ਮਿੰਨੀ ਮੈਂ ਤੈਨੂੰ ਕਿੰਨਾ ਮਿਸ ਕਰ ਰਿਹਾ ਵਾਂ। ਲੱਗਦਾ ਬਾਹਰ ਜਾ ਕੇ ਫੋਨ ਕਰਨਾ ਪੈਣਾ। ਅਰਮਾਨ, ਸਿੰਪਲ ਕਿਤੇ ਥੱਲੇ ਨਾ ਆ ਜਾਵੇ। ਅਰਮਾਨ ਤੁਸੀਂ ਕਿੱਥੇ ਚਲੇ ਗਏ? ਸਰ ਆਈ ਰੀਲੀ ਮਿਸ ਯੂ। ਤੂੰ ਇੱਥੇ ਕੀ ਸੋਚ ਕੇ ਆਈ ਆ? ਤੈਨੂੰ ਪਤਾ ਹੈ ਨਾ ਕਿ ਮੇਰੀ ਵਾਈਫ ਆ, ਤੂੰ ਬਿਨਾਂ ਦੱਸੇ ਮੇਰੇ ਘਰ ਕਿਵੇਂ ਆ ਸਕਦੀ ਹੈ? ਤੈਨੂੰ ਪਤਾ ਸਿੰਪਲ ਤਾਂ ਥੱਲੇ ਆ ਜਾਓਗੀ। ਤੁਸੀਂ ਮੇਰੀ ਗੱਲ ਤਾਂ ਸੁਣੋ। ਕੀ ਸੁਣਾ ਤੇਰੀ ਗੱਲ ਮੈਂ? ਤੂੰ ਮੈਨੂੰ ਬਿਨਾਂ ਦੱਸੇ ਮੇਰੇ ਘਰ 'ਚ ਕਿਵੇਂ ਆ ਸਕਦੀ ਹੈ? ਤੈਨੂੰ ਪਤਾ ਹੋਣਾ ਚਾਹੀਦਾ ਕਿ ਸਿੰਪਲ ਉੱਪਰ ਹੈਗੀ ਆ। ਤੂੰ ਪਾਗਲੀ ਆ ਤੂੰ? ਤੇ ਹੋਰ ਮੈਂ ਕੀ ਕਰਦੀ? ਡੈਡ ਮੈਨੂੰ ਆਫਿਸ ਨਹੀਂ ਆਉਣ ਦੇ ਰਹੇ ਸੀ। ਹੌਲੀ ਬੋਲ, ਹੌਲੀ ਬੋਲ, ਸਿੰਪਲ ਉੱਪਰ ਆ। ਡੈਡ ਮੈਨੂੰ ਆਫਿਸ ਨਹੀਂ ਆਉਣ ਦੇ ਰਹੇ ਸੀ। ਫੋਨ ਕਰ ਲੈਂਦੀ ਮੈਨੂੰ ਇੱਕ? ਫੋਨ ਮੇਰੇ ਡੈਡ ਨੇ ਲੈ ਲਿਆ, ਉਹ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨ ਦੇ ਰਹੇ। ਆਈ ਰੀਲੀ ਮਿਸ ਯੂ। ਤੂੰ ਚੁੱਪ ਕਰ, ਪਾਗਲ ਹੋ ਗਈ ਹੈ ਤੂੰ? ਤੁਸੀਂ ਕੀ ਕਹਿ ਰਹੇ ਹੋ? ਤੈਨੂੰ ਪਤਾ ਹੋਣਾ ਚਾਹੀਦਾ ਕਿ ਸਿੰਪਲ ਕਿੱਦਾਂ ਦੀ ਹੈ, ਤੂੰ ਫਿਰ ਵੀ? ਮੈਨੂੰ ਲੱਗਿਆ ਤੁਸੀਂ ਮੈਨੂੰ ਮਿਸ ਕਰ ਰਹੇ ਹੋ। ਦੇਖ, ਇਹ ਮੇਰਾ ਘਰ ਆ, ਤੂੰ ਬਿਨਾਂ ਦੱਸੇ ਇਸ ਘਰ 'ਚ ਨਹੀਂ ਆ ਸਕਦੀ। ਸਿੰਪਲ ਉੱਪਰ ਆ, ਜੋ ਥੱਲੇ ਆ ਗਈ ਨਾ, ਸਿਆਪਾ ਪਏ ਨਾ, ਤੂੰ ਕਦੀ ਤਾਂ ਮੇਰੀ ਗੱਲ ਸਮਝਿਆ ਕਰ ਮਿੰਨੀ। ਤੁਹਾਨੂੰ ਪਤਾ ਵੀ ਹੈ ਮੇਰੇ ਤੇ ਕੀ ਬੀਤ ਰਹੀ ਹੈ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਤੂੰ ਤੂੰ ਪਾਗਲ ਆ, ਤੂੰ ਕੀ ਕਰੀ ਜਾਂਦੀ ਹੈ ਮਿੰਨੀ? ਅਰਮਾਨ ਮੈਨੂੰ ਕਾਫੀ ਚਾਹੀਦੀ ਹੈ। ਓਏ ਕਿਤੇ ਥੱਲੇ ਹੀ ਨਾ ਆ ਜਾਵੇ। ਤੁਸੀਂ ਮੇਰੇ ਨਾਲ ਇਦਾਂ ਕਿੱਦਾਂ ਕਰ ਸਕਦੇ ਹੋ? ਮਿੰਨੀ ਪਲੀਜ਼ ਚੱਲ, ਤੂੰ ਪਲੀਜ਼ ਬਾਹਰ ਨਿਕਲ। ਮਿੰਨੀ ਮਿੰਨੀ ਬਾਹਰ ਨਿਕਲ। ਅਰਮਾਨ, ਅੱਜ ਪੈਰਾਂ ਨੂੰ ਕਿੰਨਾ ਰਿਲੈਕਸ ਮਿਲਦਾ ਪਿਆ। ਵੈਸੇ ਪੈਡੀਕਿਊਰ ਦੇ ਨਾਲ ਨਾਲ ਪੈਰਾਂ ਨੂੰ ਆਰਾਮ ਤਾਂ ਮਿਲਿਆ, ਦਿਮਾਗ ਦਾ ਵੀ ਸਾਰਾ ਸਟ੍ਰੈਸ ਦੂਰ ਹੋ ਗਿਆ ਇਕਦਮ। ਬਸ ਹੁਣ ਇੱਕ ਨਾ ਕਾਫੀ ਮਿਲ ਜਾਏ ਗਰਮਾ ਗਰਮ। ਅਰਮਾਨ ਹਾਲੇ ਤਾਂ ਕਾਫੀ ਲੈ ਕੇ ਆਏ ਕਿਉਂ ਨਹੀਂ? ਇੰਨਾ ਟਾਈਮ ਲਗਾਤਾ। ਅਰਮਾਨ,
ਅਰਮਾਨ ਇੱਕ ਕਾਫੀ ਤਾਂ ਮੰਗੀ ਹੈ ਤੁਹਾਡੇ ਕੋਲ, ਇੰਨਾ ਟਾਈਮ ਕਿਉਂ ਲੱਗ ਰਿਹਾ? ਮੈਂ ਤੁਹਾਡੇ ਨਾਲ ਹੀ ਰਹੂੰਗੀ, ਇਸ ਰਿਸ਼ਤੇ 'ਚ ਮੈਂ ਇਕੱਲੀ ਨਹੀਂ ਆਈ ਸੀ, ਤੁਸੀਂ ਵੀ ਮੇਰੇ ਨਾਲ ਸੀ ਤੇ ਤੁਹਾਨੂੰ ਮੈਨੂੰ ਸਪੋਰਟ ਕਰਨਾ ਚਾਹੀਦਾ। ਤੁਸੀਂ ਇਹ ਕੀ ਕਰ ਰਹੇ ਹੋ ਮੇਰੇ ਨਾਲ? ਹਾਂ ਕਿੱਥੇ ਜਾਵਾਂਗੀ ਮੈਂ? ਤੂੰ ਇੱਥੇ ਵੀ ਨਹੀਂ ਰਹਿ ਸਕਦੀ, ਸਿੰਪਲ ਕਦੀ ਵੀ ਥੱਲੇ ਆ ਸਕਦੀ ਹੈ। ਤੂੰ ਸਿਆਪਾ ਪਾਉਣਾ ਮੇਰੇ ਕਲੇਸ਼, ਤੈਨੂੰ ਪਤਾ ਵੀ ਹੈ ਸਿੰਪਲ ਨੂੰ ਪਤਾ ਲੱਗ ਗਿਆ ਤਬਾਹ ਕਰਕੇ ਰੱਖ ਦੂਗੀ ਅਗਲੀ ਸਾਨੂੰ। ਸਰ ਮੈਂ ਸਭ ਕੁਝ ਛੱਡ ਕੇ ਤੁਹਾਡੇ ਕੋਲ ਆਈ ਹਾਂ, ਪਲੀਜ਼ ਮੇਰੇ ਨਾਲ ਇੱਦਾਂ ਨਾ ਕਰੋ। ਦੇਖ ਤੂੰ ਪਾਗਲ ਨਾ ਬਣ, ਚੱਲ ਜਾ ਇੱਥੋਂ ਦੀ, ਮੈਂ ਤੈਨੂੰ ਕਹਿ ਰਿਹਾ। ਪਲੀਜ਼ ਪਲੀਜ਼ ਸਰ। ਅਰਮਾਨ ਤਾਂ ਕੋਈ ਜਵਾਬ ਹੀ ਨਹੀਂ ਦੇ ਰਹੇ, ਹੁਣ ਮੈਂ ਆਪਣਾ ਕੰਮ ਕਰਾਂ ਜਾਂ ਇਹਨਾਂ ਦੇ ਪਿੱਛੇ ਪਿੱਛੇ ਜਾਵਾਂ? ਤੂੰ ਛੱਡ ਦੇ ਯਾਰ ਮੈਨੂੰ, ਮੈਂ ਤੇਰੇ ਕੇ ਹੱਥ ਜੋੜਦਾ, ਪਲੀਜ਼ ਬਾਹਰ ਚੱਲ ਜਾ ਇੱਥੋਂ ਦੀ, ਪਲੀਜ਼। ਮੈਨੂੰ ਇਹਨਾਂ ਤੋਂ ਨਾ ਕੋਈ ਉਮੀਦ ਨਹੀਂ ਲੱਗਦੀ ਪਈ, ਆਪ ਹੀ ਜਾ ਕੇ ਦੇਖਣਾ ਪੈਣਾ। ਅਰਮਾਨ ਮੈਂ ਆਈ। ਮਿੰਨੀ ਥੱਲੇ ਆ ਰਹੀ ਹੋ ਮਿੰਨੀ? ਮਿੰਨੀ ਪਲੀਜ਼ ਚੱਲ ਜਾ ਇੱਥੋਂ ਦੀ, ਮਿੰਨੀ ਮਿੰਨੀ ਥੱਲੇ ਆ ਗਈ ਨਾ ਪਲੀਜ਼। ਹੱਦ ਹੈ, ਹੁਣ ਅਰਮਾਨ ਕਿੱਥੇ ਚਲੇ ਗਏ, ਪਰ ਜਾ ਕਿੱਥੇ ਸਕਦੇ ਨੇ? ਪਤਾ ਤਾਂ ਕਰਨਾ ਪੈਣਾ ਹੈ। ਮੇਰਾ ਫੋਨ ਕਿੱਥੇ ਹੈ? ਤੁਸੀਂ ਮੈਨੂੰ ਬਾਹਰ ਕਿਉਂ ਲੈ ਕੇ ਆਏ? ਅੰਦਰ ਚਲੋ। ਅੰਦਰ ਚਲੋ ਕਿੱਥੇ? ਅੰਦਰ ਚਲੋ, ਸਿੰਪਲ ਹੈ ਅੰਦਰ। ਸੋ ਕਦੇ ਤਾਂ ਉਹਨਾਂ ਨੂੰ ਪਤਾ ਲੱਗਣਾ ਹੀ ਸੀ। ਤੂੰ ਤੈਨੂੰ ਹੋਇਆ ਕੀ ਪਿਆ ਵਾ ਹੈ? ਤੇਰੇ ਦਿਮਾਗ 'ਚ ਚੱਲ ਕੀ ਰਿਹਾ ਵਾ? ਕੀ ਪਲਾਨ ਚੱਲ ਰਿਹਾ ਤੇਰੇ ਦਿਮਾਗ ਵਿੱਚ? ਤੂੰ ਮੇਰੀ ਲਾਈਫ 'ਚ ਪੰਗਾ ਖੜਾ ਕਰਨਾ ਹੀ ਹੈ, ਹੈ? ਦੱਸ ਮੈਨੂੰ, ਵਾਟਸ ਰੋਂਗ ਵਿਦ ਯੂ? ਵਾਟਸ ਰੋਂਗ ਵਿਦ ਮੀ? ਵਾਟਸ ਰੋਂਗ ਵਿਦ ਯੂ ਅਰਮਾਨ? ਤੁਹਾਨੂੰ ਮੇਰੀ ਹਾਲਤ ਨਹੀਂ ਦਿਖ ਰਹੀ? ਇੰਨੇ ਇਨਸੈਂਸਿਟਿਵ, ਤੁਸੀਂ ਇੰਨੇ ਇਨਸੈਂਸਿਟਿਵ ਕਿੱਦਾਂ ਹੋ ਸਕਦੇ ਹੋ ਅਰਮਾਨ? ਤੁਹਾਨੂੰ ਇੱਦਾਂ ਦੇਖ ਕੇ ਮੈਂ ਹੈਰਾਨ ਹਾਂ। ਤੁਹਾਡੇ ਲਈ ਮੈਂ ਆਪਣਾ ਸਭ ਕੁਝ ਛੱਡਤਾ, ਆਪਣੀ ਫੈਮਿਲੀ, ਆਪਣਾ ਘਰ, ਸਭ ਕੁਝ ਸਿਰਫ ਤੁਹਾਡੇ ਲਈ। ਆਈ ਬਿਲੀਵ ਯੂ ਆਰ ਲਵ ਆਫ ਮਾਈ ਲਾਈਫ, ਤੇ ਇਹ ਗੱਲ ਸੋਚ ਕੇ ਮੈਂ ਆਪਣੀ ਲਾਈਫ 'ਚ ਇੰਨਾ ਵੱਡਾ ਸੈਕਰੀਫਾਈਸ ਕੀਤਾ, ਤੇ ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਹੋ ਕਿ ਤੁਹਾਡੀ ਵਾਈਫ ਸਾਨੂੰ ਦੇਖ ਨਾ ਲੈ? ਸ਼ੇਮਫੁਲ। ਅਰਮਾਨ ਪਲੀਜ਼ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਮਨ 'ਚ ਮੇਰੇ ਲਈ ਫੀਲਿੰਗਸ ਹੈ ਕਿ ਨਹੀਂ? ਅਰਮਾਨ ਜੋ ਕੁਛ ਵੀ ਸੀ ਸਾਡੇ ਬੀਚ, ਤੁਹਾਡੇ ਲਈ ਉਹ ਬਸ ਟਾਈਮ ਪਾਸ ਸੀ? ਅਰਮਾਨ ਹੋ ਕਿੱਥੇ ਸਕਦੇ? ਤੁਸੀਂ ਕੀ ਕਰ ਰਹੇ ਹੋ ਅਰਮਾਨ? ਮੈਨੂੰ ਬਿਨਾਂ ਦੱਸੇ ਕਿੱਥੇ ਜਾ ਸਕਦੇ? ਹੈ ਕੋਈ ਜਵਾਬ ਤੁਹਾਡੇ ਕੋਲ? ਮਿੰਨੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ, ਜੋ ਤੂੰ ਮੈਥੋਂ ਭਾਲਦੀ ਹੈ ਮੈਂ ਤੈਨੂੰ ਬਿਲਕੁਲ ਨਹੀਂ ਦੇ ਸਕਦਾ। ਜ਼ਿੰਦਗੀ ਜਿਉਣ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਹੈ, ਜੋ ਮੇਰੇ ਕੋਲ ਬਿਲਕੁਲ ਨਹੀਂ ਹੈਗਾ। ਸਾਨੂੰ ਇਕੱਠੇ ਰਹਿਣ ਵਾਸਤੇ ਪੈਸਿਆਂ ਦੀ ਜ਼ਰੂਰਤ ਆ। ਕਿ ਤੇਰੇ ਕੋਲ ਪੈਸਾ ਪੂਸਾ ਹੈਗਾ ਹੈ? ਮੇਰੇ ਕੋਲ? ਹਾਂ ਤੇਰੇ ਕੋਲ, ਤੇਰਾ ਫੈਮਿਲੀ ਸ਼ੇਅਰਸ? ਵਾਟ? ਹਾਂ ਬਿਲਕੁਲ, ਅਦਰਵਾਈਜ਼ ਤੂੰ ਸਾਡੀ ਲਾਈਫ 'ਚ ਕੋਈ ਕੰਟਰੀਬਿਊਸ਼ਨ ਕਰ ਨਹੀਂ ਪਾਏਂਗੀ। ਇਸ ਕਰਕੇ ਬਿਹਤਰ ਇਹ ਹੋਏਗਾ ਕਿ ਤੂੰ ਆਪਣੀ ਫੈਮਿਲੀ ਕੋਲ ਜਾ, ਆਪਣਾ ਸ਼ੇਅਰ ਮੰਗ। ਅਰਮਾਨ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਬਟ ਇੱਕ ਗੱਲ ਕਵਾਂ, ਜਦੋਂ ਅਸੀਂ ਇਕੱਠੇ ਹੋਵਾਂਗੇ ਨਾ ਕੋਈ ਰਸਤਾ ਅਸੀਂ ਜ਼ਰੂਰ ਲੱਭ ਲਾਂਗੇ। ਸਾਨੂੰ ਮੇਰੇ ਘਰ ਵਾਲਿਆਂ ਦੇ ਪੈਸੇ ਦੀ ਕੋਈ ਲੋੜ ਨਹੀਂ ਹੈ। ਰਹੀ ਗੱਲ ਮੇਰੀ, ਮੈਨੂੰ ਕੁਛ ਨਹੀਂ ਚਾਹੀਦਾ,
ਕੁਛ ਵੀ ਨਹੀਂ ਚਾਹੀਦਾ ਮੈਨੂੰ। ਤੁਸੀਂ ਮੈਨੂੰ ਜਿੱਦਾਂ ਰੱਖੋਗੇ ਮੈਂ ਉਦਾਂ ਰਹਿ ਲਾਂਗੀ। ਇਹ ਸਭ ਤੂੰ ਕਰਕੇ ਨਹੀਂ, ਹੱਥ ਛੱਡਣਾ ਮੇਰਾ। ਨਹੀਂ, ਮੈਨੂੰ ਹੁਣ ਕਿਸੇ ਦਾ ਡਰ ਨਹੀਂ ਹੈ। ਅਰਮਾਨ ਪਲੀਜ਼ ਛੱਡੋ ਇਹ ਸਭ ਕੁਛ, ਆਪਾਂ ਕਿਤੇ ਬਾਹਰ ਚੱਲਦੇ ਹਾਂ। ਲੈਟਸ ਗੋ ਫਰੋਮ ਹੇਅਰ ਪਲੀਜ਼। ਮਿੰਨੀ, ਇਹ ਸਭ ਫਿਲਮੀ ਗੱਲਾਂ ਮੇਰੇ ਨਾਲ ਨਾ ਕਰ, ਠੀਕ ਹੈ? ਰੀਅਲ ਲਾਈਫ 'ਚ ਜੀਣ ਵਾਸਤੇ ਪੈਸਾ ਚਾਹੀਦਾ। ਤੂੰ ਕੀ ਬੱਚਿਆਂ ਵਾਲੀ ਗੱਲ ਕਰੀਆਂ, ਛੱਡਣਾ ਯਾਰ ਮੈਨੂੰ। ਅੱਜ ਨਾ ਮੈਂ ਸਾਰਾ ਸੱਚ ਪਤਾ ਕਰਕੇ ਰਹੂੰਗੀ। ਤੂੰ ਕੀ ਕਰ ਕੀ ਰਹੀ ਆ, ਉਹ ਸਿੰਪਲ ਬਾਹਰ ਆ ਜੂਗੀ, ਤੂੰ ਛੱਡ ਦੇਣਾ ਯਾਰ ਮੈਨੂੰ। ਅਰਮਾਨ, ਤੁਸੀਂ ਇੱਥੇ ਕੀ ਕਰ ਰਹੇ ਹੋ? ਸਿੰਪਲ, ਉਹ ਬਾਹਰ ਕੋਈ ਬੰਦਾ ਰਾਹ ਭਟਕ ਗਿਆ ਸੀਗਾ, ਉਹਨੂੰ ਬਸ ਰਾਹ ਦੱਸਦਾ ਪਿਆ ਸੀ ਮੈਂ। ਪਰ ਬਾਹਰ ਤਾਂ ਕੋਈ ਵੀ ਨਹੀਂ ਹੈ, ਤੁਸੀਂ ਕਿੰਨਾ ਗੱਲ ਕਰ ਰਹੇ ਸੀ, ਕਿੰਨੂੰ ਰਾਹ ਦਿਖਾ ਰਹੇ ਸੀ? ਛੱਡਣਾ ਯਾਰ, ਬਹੁਤ ਭੁੱਖ ਲੱਗੀ ਹੋਈ ਹੈ, ਚੱਲ ਕੁਛ ਖਾਈਏ ਯਾਰ। ਭੁੱਖ ਤਾਂ ਮੈਨੂੰ ਵੀ ਲੱਗੀ ਹੈ, ਤੁਸੀਂ ਕੁਛ ਆਨਲਾਈਨ ਆਰਡਰ ਕਰ ਦਿਓ। ਹਾਂ ਮੈਂ ਕਰਦਾ ਆਰਡਰ, ਚੱਲ ਚਲੀ ਅੰਦਰ, ਆਜਾ ਆਜਾ। ਪਰਫੈਕਟ, ਇਹ ਪਲਾਨ ਵਧੀਆ ਰਹੇਗਾ। ਹੁਣ ਬਸ ਇਹਨੂੰ ਐਗਜ਼ੀਕਿਊਟ ਕਰਨ ਤੇ ਧਿਆਨ ਦੇਣਾ ਪੈਣਾ। ਇਹ ਕੀ ਹੈ? ਮਾਮੀ ਜੀ, ਮੈਂ ਕੰਮ ਕਰ ਰਿਹਾ। ਉਹ ਤਾਂ ਮੈਨੂੰ ਵੀ ਦਿਖ ਰਿਹਾ, ਪਰ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਹਾਂਜੀ ਬੋਲੋ। ਮੈਨੂੰ ਸਮਝ ਨਹੀਂ ਆਉਂਦੀ, ਤੂੰ ਉਸ ਕੁੜੀ ਨੂੰ ਇੰਨੀ ਇੰਪੋਰਟੈਂਸ ਕਿਉਂ ਦਿੰਦਾ? ਉਹਨੇ ਤੇਰੇ ਨਾਲ ਇੰਨਾ ਗਲਤ ਕੀਤਾ ਤੇ ਤੂੰ? ਮਾਮੀ ਜੀ, ਮੈਂ ਇੰਪੋਰਟੈਂਟ ਕੰਮ ਕਰ ਰਿਹਾ। ਮੇਰੀ ਗੱਲ ਵੀ ਇੰਪੋਰਟੈਂਟ ਹੈ ਰਣਵੀਰ। ਬੋਲ। ਤੇਰੇ ਨਾਲ ਪਿਛਲੇ ਇੱਕ ਸਾਲ ਤੋਂ ਜੋ ਕੁਛ ਵੀ ਹੋਇਆ, ਉਹ ਸਭ ਦੀ ਜ਼ਿੰਮੇਵਾਰ ਉਹ ਕੁੜੀ ਹੈ। ਉਹ ਭੋਲੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਸਭ ਕੁਛ ਠੀਕ ਕਰਨ ਦੀ ਕੋਸ਼ਿਸ਼ ਕਰਨ ਦਾ ਨਾਟਕ ਕਰ ਰਹੀ ਹੈ। ਤੂੰ ਦੇਖੀ, ਜਿਸ ਦਿਨ ਟਾਈਮ ਆਊਗਾ ਨਾ, ਉਸ ਦਿਨ ਫਿਰ ਉਹਨੇ ਆਪਣੇ ਪਰਿਵਾਰ ਨਾਲ ਜਾ ਕੇ ਖੜੀ ਹੋ ਜਾ। ਉਹ ਦੇਸ਼ੋ ਜੀ ਦੀ ਐਕਸ ਫੈਮਿਲੀ, ਉਹ ਤਾਂ ਮੇਰੇ ਕਰਕੇ ਉਹਨਾਂ ਦੇ ਖਿਲਾਫ ਖੜੇ ਹੋ ਗਏ, ਮੇਰੇ ਕਰਕੇ ਉਹਨਾਂ ਦੇ ਨਾਲ ਲੜੇ, ਮੈਨੂੰ ਕੰਪਨੀ ਅਰਮਾਨ ਤੇ ਸਿੰਪਲ ਦੇ ਨਾ ਕਰਨ ਤੋਂ ਵੀ ਰੋਕ ਲਏ। ਮੈਂ ਤਾਂ ਗਲਤ ਫੈਸਲਾ ਲੈ ਚੁੱਕਾ ਸੀ, ਇਹ ਤਾਂ ਉਹਨਾਂ ਨੇ ਮੈਨੂੰ ਰੋਕਿਆ। ਹਾਂ, ਤਾਂ ਹੀ ਉਹਨੇ ਉਹਨੂੰ ਸਾਡੇ ਘਰ ਆਉਣ ਦਿੱਤਾ, ਹੈ ਨਾ? ਦੇਸ਼ੋ, ਮੰਨਿਆ ਮੇਰੇ ਤੋਂ ਗਲਤੀ ਹੋਈ ਹੈ, ਪਰ ਤੇਰੀ ਵਾਈਫ ਤੈਨੂੰ ਬਿਨਾਂ ਕੁਛ ਦੱਸੇ ਤੇਰੀ ਜ਼ਿੰਦਗੀ ਚੋਂ, ਇਸ ਘਰ ਚੋਂ ਚਲੀ ਗਈ ਤੇ ਪੂਰਾ ਇੱਕ ਸਾਲ ਗਾਇਬ ਰਹੀ। ਉਹਦੇ ਜਾਣ ਤੋਂ ਬਾਅਦ ਵੀ ਮੈਂ ਹਮੇਸ਼ਾ ਤੇਰਾ ਖਿਆਲ ਰੱਖਿਆ, ਹਰ ਚੀਜ਼ ਤੇਰੇ ਭਲੇ ਲਈ ਕੀਤੀ। ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੂੰ ਮੈਨੂੰ ਮਾਫ ਨਹੀਂ ਕੀਤਾ। ਮੰਮੀ ਜੀ, ਮੈਂ ਪੁਰਾਣੀਆਂ ਗੱਲਾਂ ਨਾ ਦੁਹਰਾਉਣਾ ਨਹੀਂ ਚਾਹੁੰਦਾ, ਪਰ ਮੈਂ ਇਹ ਸਭ ਕੁਝ ਕਲੀਅਰ ਕਰਨਾ ਚਾਹੁੰਦੀ ਹਾਂ ਰਣਵੀਰ। ਏਦਾਂ ਮੂੰਹ ਫੇਰਨ ਨਾਲ ਮੇਰੀਆਂ ਗੱਲਾਂ ਝੂਠੀਆਂ ਨਹੀਂ ਹੋ ਜਾਣਗੀਆਂ। ਇਹਨਾਂ ਹੱਥਾਂ 'ਚ ਪਾ ਲਿਆ ਮੈਂ ਤੈਨੂੰ, ਜਦੋਂ ਦਾ ਤੂੰ ਪੈਦਾ ਹੋਇਆ ਨਾ, ਉਦੋਂ ਦੀ ਦੇਖਦੀ ਹਾਂ ਮੈਂ ਤੈਨੂੰ। ਤੂੰ ਛੋਟਾ ਜਿਹਾ ਸੀ ਜਦੋਂ ਤੇਰੀ ਮਾਂ ਤੇ ਮੇਰੀ ਦੀਦੀ ਇਹ ਦੁਨੀਆ ਛੱਡ ਕੇ ਚਲੇ ਗਏ ਸੀ। ਉਸ ਦਿਨ ਤੋਂ ਤੂੰ ਹੀ ਮੇਰੀ ਦੁਨੀਆ, ਆਪਣੀ ਔਲਾਦ ਤੋਂ ਵੱਧ ਕੇ ਪਿਆਰ ਦਿੱਤਾ ਮੈਂ ਤੈਨੂੰ, ਹੋਰ ਤੂੰ ਮੇਰੇ ਤੋਂ ਕੀ ਐਕਸਪੈਕਟ ਕਰਦਾ? ਇੱਕ ਮਾਂ ਆਪਣੇ ਬੱਚੇ ਦੀ ਭਲਾਈ ਲਈ, ਉਹਨੂੰ ਪ੍ਰੋਟੈਕਟ ਕਰਨ ਲਈ ਹਰ ਹੱਦ ਭੁੱਲ ਜਾਂਦੀ ਹੈ।
ਆਪਣੇ ਬੱਚੇ ਲਈ ਉਹ ਭੁੱਲ ਜਾਂਦੀ ਹੈ ਕੀ ਚੰਗਾ ਹੈ ਕੀ ਮਾੜਾ ਹੈ। ਪੁੱਤ ਤੂੰ ਮੈਨੂੰ ਮਾਫ ਕਿਉਂ ਨਹੀਂ ਕਰ ਦਿੰਦਾ, ਆਖਿਰ ਮੈਂ ਤੇਰੀ ਮਾਂ। ਮੈਂ ਤੁਹਾਨੂੰ ਜ਼ਰੂਰ ਮਾਫ ਕਰਦਾ ਜੇ ਤੁਹਾਨੂੰ ਨਾ ਥੋੜਾ ਜਿਹਾ ਵੀ ਪਛਤਾਵਾ ਹੁੰਦਾ ਆਪਣੇ ਕਿੱਤੇ ਤੇ, ਪਰ ਤੁਸੀਂ ਤਾਂ ਪੂਰੇ ਕੌਨਫੀਡੈਂਸ ਦੇ ਨਾਲ ਬਸ ਆਪਣੇ ਆਪ ਨੂੰ ਤੇਸ਼ੋ ਜੀ ਨਾਲ ਕੰਪੇਅਰ ਕਰ ਰਹੇ। ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਕੀਤਾ ਤੇ ਮੇਰੇ ਉੱਤੇ ਨਾ ਕੀ ਬੀਤੀ ਹੈ ਪਿਛਲੇ ਇੱਕ ਸਾਲ ਤੋਂ। ਤੁਹਾਨੂੰ ਤਾਂ ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੈਨੂੰ ਦੇਸ਼ੋ ਜੀ ਤੋਂ ਦੂਰ ਕੀਤਾ। ਯੂ ਆਰ ਨੋਟ ਸੋਰੀ ਐਟ ਆਲ, ਤੁਹਾਨੂੰ ਕਿਸੇ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਤਾਂ ਇਹ ਸੋਚਦੇ ਹੋ ਕਿ ਤੁਸੀਂ ਜੋ ਕੁਛ ਵੀ ਕੀਤਾ ਮੇਰੇ ਭੱਲੇ ਦੇ ਲਈ ਕੀਤਾ, ਪਰ ਮੇਰਾ ਭੱਲਾ ਕਰਦੇ ਕਰਦੇ ਨਾ ਤੁਸੀਂ ਮੇਰੀ ਲਾਈਫ ਬਿਲਕੁਲ ਮੈਸਡ ਅਪ ਕਰਤੀ। ਪੁੱਤਰ ਤੂੰ ਮੈਨੂੰ ਮੇਰੀ ਗਲਤੀ ਸੁਧਾਰਨ ਦਾ ਮੌਕਾ ਵੀ ਤਾਂ ਨਹੀਂ ਦਿੱਤਾ ਨਾ, ਤੂੰ ਤਾਂ ਆਪਣੇ ਆਪ ਨੂੰ ਮੇਰੇ ਤੋਂ ਦੂਰ ਹੀ ਕਰ ਲਿਆ। ਹੋਰ ਮੈਂ ਕੀ ਕਰ। ਪੁੱਤਰ ਮੈਨੂੰ ਬਸ ਇੱਕ ਮੌਕਾ ਚਾਹੀਦਾ, ਜੋ ਵੀ ਗਲਤ ਹੋਇਆ ਦੇਸ਼ੋ ਨੂੰ ਮੈਂ ਇਸ ਘਰ ਤੋਂ ਦੂਰ ਭੇਜਿਆ ਉਹ ਸਭ ਠੀਕ ਕਰਨ ਲਈ, ਤਾਂ ਕਿ ਤੂੰ ਫਿਰ ਤੋਂ ਨਾਰਮਲ ਲਾਈਫ ਜਿਉ ਸਕੇ। ਤੁਸੀਂ ਅਜੇ ਵੀ ਸਭ ਕੁਝ ਠੀਕ ਕਰ ਸਕਦੇ। ਹਾਂ ਪੁੱਤਰ, ਦੱਸ ਮੈਨੂੰ ਮੈਂ ਕੀ ਕਰ ਸਕਦੀ ਹਾਂ, ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ। ਤੁਸੀਂ ਨਾ ਬਸ ਮੈਨੂੰ ਮੇਰੀ ਲਾਈਫ ਜੀ ਲੈਣ ਦਿਓ, ਮੇਰੀ ਲਾਈਫ 'ਚ ਬਿਲਕੁਲ ਵੀ ਇੰਟਰਫੇਅਰ ਕਰਨਾ ਬੰਦ ਕਰ ਦਿਓ, ਕਿਉਂਕਿ ਮੈਨੂੰ ਇਹ ਗੱਲ ਬਿਲਕੁਲ ਕਲੀਅਰ ਹੈ। ਤੁਹਾਨੂੰ ਕੋਈ ਆਈਡੀਆ ਨਹੀਂ ਹੈ ਕਿ ਮੈਨੂੰ ਲਾਈਫ 'ਚ ਕੀ ਚਾਹੀਦਾ, ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਮੈਨੂੰ ਖੁਸ਼ੀ ਮਿਲਦੀ। ਤਾਂ ਚੰਗਾ ਇਹ ਹੋਏਗਾ ਕਿ ਤੁਸੀਂ ਮੇਰੀ ਲਾਈਫ ਤੋਂ ਨਾ ਦੂਰ ਹੀ ਰਹੋ। ਸਮਝ ਗਈ ਮੈਂ ਪੁੱਤਰ, ਇੱਕ ਮਾਂ ਨੂੰ ਨਹੀਂ ਪਤਾ ਕਿ ਉਹਦੇ ਪੁੱਤਰ ਨੂੰ ਕੀ ਚਾਹੀਦਾ, ਪਰ ਉਹਦੀ ਵਾਈਫ ਜਿਹਨੇ ਉਹਦੇ ਨਾਲ ਇੰਨਾ ਗਲਤ ਕੀਤਾ ਉਹਨੂੰ ਛੱਡ ਕੇ ਚਲੀ ਗਈ, ਉਹਨੂੰ ਸਭ ਪਤਾ। ਸਭ ਸਮਝ ਗਈ ਮੈਂ ਪੁੱਤਰ, ਸਭ ਸਮਝ ਗਈ। ਮਾਮੀ ਜੀ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਅਰਮਾਨ ਫਿਰ ਤੋਂ ਮੇਰੀ ਘਰ ਚ ਆ ਕੇ ਮੈਨੂੰ ਧਮਕਾ ਕੇ ਗਏ ਨੇ। ਉਹਦਾ ਕੋਈ ਹੱਕ ਨਹੀਂ ਹੈ ਇੱਦਾਂ ਆ ਕੇ ਤੈਨੂੰ ਧਮਕੀ ਦੇਣ ਦਾ, ਉਹ ਵੀ ਤੇਰੇ ਘਰੇ। ਉਹਨੂੰ ਸਬਕ ਸਿਖਾਉਣ ਦੀ ਲੋੜ ਹੈ ਦੇਸ਼ੋ। ਮੰਮੀ ਜੀ ਮੈਂ ਹਜੇ ਪੂਰੀ ਤਰ੍ਹਾਂ ਇਸ ਘਰ ਦਾ ਹਿੱਸਾ ਨਹੀਂ। ਕਰਵਾ ਚੌਥ ਤੱਕ ਜੇਕਰ ਸਭ ਕੁਛ ਠੀਕ ਨਾ ਹੋਇਆ ਤੇ ਮੈਂ ਮਿਸਿਸ ਦੁੱਗਲ ਨੂੰ ਵਾਅਦਾ ਕੀਤਾ ਹੋਇਆ ਕਿ ਮੈਂ ਇਸ ਘਰ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਚਲੀ ਜਾਊਂਗੀ। ਪੁੱਤਰ ਇੱਦਾਂ ਦਾ ਕੁਛ ਨਹੀਂ ਹੋਏਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਭ ਠੀਕ ਹੋ ਜਾਏਗਾ। ਕਾਸ਼ ਇੱਦਾਂ ਹੀ ਹੋਏ ਮੰਮੀ ਜੀ। ਮੰਮੀ ਜੀ ਮੈਂ ਤੁਹਾਨੂੰ ਬਾਅਦ ਚ ਫੋਨ ਕਰਦੀ ਹਾਂ। ਦੇਖ ਦੇਸ਼ੋ ਮੈਂ ਰਣਵੀਰ ਨੂੰ ਬਹੁਤ ਪਿਆਰ ਕਰਦੀ ਹਾਂ, ਜਾਨ ਵਸਦੀ ਹੈ ਮੇਰੀ ਉਹਦੇ ਚ। ਮੈਨੂੰ ਪਤਾ ਹੈ ਮੈਮ, ਮੈਨੂੰ ਇਸ ਗੱਲ ਚ ਕੋਈ ਵੀ ਸ਼ੱਕ ਨਹੀਂ, ਆਖਿਰ ਮੈਂ ਵੀ ਇੱਕ ਮਾਂ ਹਾਂ। ਫਿਰ ਮੇਰੇ ਪੁੱਤਰ ਨੂੰ ਇਹ ਕਿਉਂ ਲੱਗਦਾ ਕਿ ਉਹਦੀ ਮਾਂ ਗਲਤ ਹੈ? ਮੈਂ ਆਪਣੇ ਪੁੱਤਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਪਹੁੰਚਾਉਣ ਦੇਵਾਂਗੀ ਤੈਨੂੰ। ਉਹਦੀ ਖੁਸ਼ੀ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦੀ ਹਾਂ, ਉਹਦੇ ਲਈ ਫਿਰ ਉਹ ਚਾਹੇ ਮੈਨੂੰ ਸਾਰੀ ਜ਼ਿੰਦਗੀ ਲਈ ਨਫ਼ਰਤ ਹੀ ਕਿਉਂ ਨਾ ਕਰਨ ਲੱਗ ਜੇ। ਮੈਨੂੰ ਪਤਾ ਹੈ ਮੇਰੇ ਪੁੱਤਰ ਲਈ ਕੀ ਸਹੀ ਹੈ ਕੀ ਗਲਤ ਹੈ, ਪਰ ਹੁਣ ਜੇ ਉਹ ਤੈਨੂੰ ਹੀ ਟਾਈਮ ਦੇਣਾ ਚਾਹੁੰਦਾ ਹੈ ਤਾਂ ਇਹਦੇ 'ਚ ਮੈਂ ਕੁਛ ਨਹੀਂ ਕਰ ਸਕਦੀ।
ਮੈਨੂੰ ਆਪਣੇ ਪੁੱਤਰ ਦੇ ਹਿਸਾਬ ਨਾਲ ਚੱਲਣਾ ਹੀ ਪਏਗਾ। ਪਰ ਜੇ ਮੈਨੂੰ ਪਤਾ ਲੱਗਿਆ ਨਾ ਕਿ ਤੂੰ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਪਹੁੰਚਾ ਰਹੀ ਹੈ, ਉਹਨੂੰ ਹਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਤਾਂ ਮੈਂ ਇਹ ਭੁੱਲ ਜੂੰਗੀ ਕਿ ਮੈਂ ਤੇਰੇ ਨਾਲ ਕਰਵਾ ਚੌਥ ਵਾਲਾ ਕੋਈ ਪ੍ਰੋਮਿਸ ਨਹੀਂ ਕੀਤਾ।